ਉਹ ਸੀਰੀਜ਼ ਵੀ ਟਾਈ ਹੈ ਜੀ ਉਹ ਹੈਗਾ ਬੈਟਲ ਆਫ ਐਲਬਰਟਾ ਜੋ ਕਿ ਪਿਛਲੇ ਮੁਕਾਬਲੇ 'ਚ ਐਡਮਿੰਟਨ ਓਇਲਰਸ ਜਿੱਤ ਗਏ ਸੀ ਤੁਹਾਨੂੰ ਦਿਖਾਈ ਉਸ ਮੁਕਾਬਲੇ ਵਿੱਚ ਕੀ ਹੋਇਆ ਸੀ ਦੂਸਰਾ ਮੁਕਾਬਲਾ ਕੈਲਗਰੀ ਐਡਮਿੰਟਨ ਤਾਂ ਕਿਆ ਬਾਤ ਇੱਥੇ ਹੀ ਜਵਾਬੀ ਹਮਲਾ ਜ਼ੈਕ ਹਾਈਮਨ ਨੇ ਇੱਥੇ ਕਰ ਦਿੱਤਾ ਗੋਲ ਤਾਂ 4-3 ਜਿੱਤਦੇ ਸੀ ਐਡਮਿੰਟਨ ਓਇਲਰਸ ਬੜੀ ਤੇਜ਼ ਰਫ਼ਤਾਰ ਦੇ ਨਾਲ ਆਇਆ ਬੜੀ ਸਪੀਡ ਦੇ ਨਾਲ ਤਾਂ ਸਾਬਕਾ ਟੋਰਾਂਟੋ ਮੇਪਲ ਲੀਫਸ ਦਾ ਖਿਡਾਰੀ ਨੇ ਕੋਈ ਗਲਤੀ ਨਹੀਂ ਕੀਤੀ ਫਿਰ ਦੇਖਦੇ ਹਾਂ ਦੂਜੇ ਪਾਸੇ ਜਾਂਦੇ ਹਾਂ ਕੈਲਗਰੀ ਫਲੇਮਸ ਲੱਗਦਾ ਇਹਨਾਂ ਨੇ ਗੋਲ ਕਰ ਦਿੱਤਾ ਸੀ 9 ਮਿੰਟ ਦਿੰਦੇ ਸੀ ਮੁਕਾਬਲੇ 'ਚ ਪਰ ਨਾ ਜੀ ਨਾ ਇੱਥੇ ਸੀਟੀ ਮਾਰਨ ਦੀ ਕੋਸ਼ਿਸ਼ ਕੀਤੀ ਸੀ ਰੈਫਰੀ ਨੇ ਮਾਰੀ ਨਹੀਂ ਸੀ ਪਰ ਕਹਿੰਦੇ ਸੀ ਇੰਟੈਂਸ਼ਨ ਦ ਬਲੋ ਇਹਦਾ ਮਤਲਬ ਗੋਲ ਨਹੀਂ ਮਨਜ਼ੂਰ ਸੀ ਸੋ ਇਸ ਕੀਤਾ ਇਹ ਇਸ ਕਰਕੇ ਇਹ ਮਨਾ ਕੀਤਾ ਸੀ ਸੋ ਡੇਰਲ ਸਟਰਨ ਬੜਾ ਖੁਸ਼ ਤਾਂ ਹੈ ਨਹੀਂ ਸੀ ਤਾਂ ਐਂਡ 'ਚ ਆ ਦੇਖਿਓ ਕਿਆ ਪਾਸ ਮਾਈਕ ਸਮਿਥ ਦਾ ਤਾਂ ਗਿਆ ਦੇਸਾਂ 'ਤੇ ਜੀ ਲੀਓਨ ਡ੍ਰਾਇਸਡਲ ਇਹਦੇ ਲੱਗਦਾ ਇਹ ਜਿੱਦਾਂ ਇਹਦੇ ਕੋਈ ਸੱਟ ਲੱਗੀ ਹੋਵੇ ਨਾ ਜੀ ਨਾ ਕਰ ਗਿਆ ਗੋਲ ਤਾਂ ਜਿੱਤ ਗਏ ਜੀ ਜਿੱਤ ਗਏ ਐਡਮਿੰਟਨ ਓਇਲਰਸ ਤਾਂ ਭਾਵਾਂ ਇੱਥੇ ਕੋਈ ਹਾਈਲਾਈਟਾਂ 'ਚ ਅਸੀਂ ਗੱਲਬਾਤ ਕਨਰ ਮੈਕਡੇਵਿਡ ਦੀ ਕੋਈ ਨਹੀਂ ਕੀਤੀ ਪਰ ਇਸ ਲੈਵਲ ਤੇ ਅਸੀਂ ਇਸ ਖਿਡਾਰੀ ਨੂੰ ਕਦੀ ਨਹੀਂ ਦੇਖਿਆ ਖੇਡ ਨੂੰ ਆਪਾਂ ਹੁਣ ਕਰਨੀ ਉਹਦੀ ਗੱਲ ਹਾਂ ਕਦੋਂ ਜੀ ਕਦੋਂ ਆਗੂ ਹੈਗਾ ਪਲੇ ਆਫ ਸਕੋਰਿੰਗ ਪੱਖੋਂ 6 ਗੋਲ 14 ਅਸਿਸਟ ਇਹਨੇ ਕੀਤੇ ਸਿਰਫ 9 ਗੇਮਾਂ 'ਚ 5 ਪੁਆਇੰਟ ਡਰਾਈ ਸਾਈਡ ਨਾਲੋਂ ਵੱਧ ਆਪਣਾ ਹੀ ਟੀਮਮੇਟ ਜਿਹੜਾ ਹੈਗਾ ਕੱਲ੍ਹ ਰਾਤੀ ਖਾਸ ਕਰਕੇ ਮੁੜਿਓ ਇਹਨੇ ਟੀਮ ਦਾ ਸਾਰਾ ਬੋਝ ਜਿਹੜਾ ਆਪਣੇ ਮੋਢਿਆਂ 'ਤੇ ਚੱਕਿਆ ਸਭ ਕੁਝ ਕੀਤਾ ਕਨਰ ਮੈਕਡੇਵਿਡ ਨੇ ਰਾਤੀ ਹਾਂ ਸ਼ਾਨਦਾਰ ਗੋਲ ਕੀਤਾ ਪਰ ਇਹਦੇ ਹੋਰ ਅੰਕੜੇ ਜਿਹੜੇ ਆ ਮੁੜਿਓ ਉਹਦੀ ਵੀ ਗੱਲ ਕਰੀਏ ਕੱਲ੍ਹ ਦੀ ਗੇਮ 'ਚ 15 ਜ਼ੋਨ ਐਂਟਰੀਜ਼ ਇਹਨੇ ਕੀਤੀਆਂ ਡਰਾਈ ਸਾਈਡ ਨੇ ਸਿਰਫ 5 ਕੀਤੀਆਂ 6 ਸਕੋਰਿੰਗ ਚਾਂਸਿਸ 7 ਇਹਦੇ ਸਲੋਟ ਪੈਸੇਜ ਜਿਹੜੇ ਹੁੰਦੇ ਉਹ ਵੀ ਵਧੀਆ ਇਹਨੇ ਕੀਤੇ ਤੇ 38 ਆਫੈਂਸਿਵ ਜ਼ੋਨ ਕੰਪਲੀਸ਼ਨਸ ਇਹਦੀਆਂ ਇਹ ਜਿਹੜੇ ਅੰਕੜੇ ਆ ਤੁਸੀਂ ਜੇ ਦੇਖੋ ਅੱਜ ਇਸ ਸੀਜ਼ਨ ਦੇ ਪਲੇਆਫ 'ਚ ਇੱਕ ਗੇਮ 'ਚ ਇੰਨੇ ਵਧੀਆ ਅੰਕੜੇ ਕਿਸੇ ਵੀ ਖਿਲਾੜੀ ਦੇ ਨਹੀਂ ਹੋਏ ਹਲੇ ਤਾਈਂ ਤੁਸੀਂ ਕਹਿ ਸਕਦੇ ਆ ਕੱਲ੍ਹ ਰਾਤੀ ਕਨਰ ਮੈਕਡੇਵਿਡ ਨੇ ਸਭ ਤੋਂ ਵਧੀਆ ਗੇਮ ਖੇਡੀ ਇਸ ਸੀਜ਼ਨ ਦੇ ਪਲੇਆਫਸ ਦੀ ਕੋਈ ਖਿਲਾੜੀ ਵੀ ਇੱਦਾਂ ਨਹੀਂ ਖੇਡਿਆ ਇਸ ਸੀਜ਼ਨ ਹਲੇ ਤਾਈਂ ਕੋਈ ਸੋਚਦਾ ਨਹੀਂ ਸੀ ਕਿ ਨਵੇਂ ਪੱਧਰ 'ਤੇ ਪਹੁੰਚ ਸਕਦਾ ਇਹਦੀ ਇੰਨੀ ਵਧੀਆ ਗੇਮ ਹੋ ਸਕਦੀ ਪਰ ਦਿਖਾ ਰਿਹਾ ਜਿੱਦਾਂ ਤੁਸੀਂ ਕਿਹਾ ਜ਼ੋਨ ਐਂਟਰੀਜ਼ ਤਾਂ ਹੈਗੀ ਇਹ ਗੱਲ ਪਰ ਨਾਲ ਦੇ ਨਾਲ ਧੱਕੜ ਸ਼ਾਹ ਤਰੀਕੇ ਦੇ ਨਾਲ ਵੀ ਹਿੱਟ ਵੀ ਮਾਰਿਆ ਯਾਰ ਤਾਂ ਰਣਦੀਪ ਤੇ ਇਹਨੇ ਸਭ ਤੋਂ ਵੱਧ ਧੱਕੇ ਮਾਰੇ ਆ ਐਡਮਿੰਟਨ ਦੀ ਟੀਮ ਦੇ ਵਿੱਚ ਇਸ ਸੀਰੀਜ਼ ਦੇ ਵਿੱਚ ਕਮਾਲ ਦੀ ਗੱਲ ਆ ਭਾਵੇਂ ਧੱਕੜ ਸ਼ਾਹ ਖਿਡਾਰੀ ਨਹੀਂ ਮੰਨਿਆ ਜਾਂਦਾ ਤੇ ਜਿਹੜਾ ਗੋਲ ਤਾਂ ਕਰਦਾ ਹੀ ਆ ਤੇ ਜਿਹੜੀ ਆਫੈਂਸਿਵ ਮੌਕੇ ਰਫ਼ਤਾਰ ਨਾਲ ਬਣਾਏ ਹੈਗੇ ਉਹ ਤਾਂ ਮੈਂ ਮੰਨਦਾ ਮੁੰਡਿਓ ਪਰ ਜਿਹੜੇ ਜ਼ਡੋਰ ਆਫ ਗੁਡਬ੍ਰਾਂਸਨ ਵਰਗੇ ਖਿਡਾਰੀਆਂ ਨਾਲ ਧੱਕੇ ਖਾ ਕੇ ਵੀ ਇਹ ਆਫੈਂਸਿਵ ਮੌਕੇ ਪੈਦਾ ਕਰ ਰਿਹਾ ਕਮਾਲ ਦੀ ਗੇਮ ਹੈ ਤੇ ਇੱਕ ਹੋਰ ਬੰਦਾ ਨਾ ਭੁੱਲਿਓ ਜ਼ੈਕ ਹਾਈਮਨ ਕਮਾਲ ਦੀ ਗੇਮ ਖੇਡਿਆ ਪਿਛਲੀ ਗੇਮ 'ਚ ਚਰਚਾ ਹੁੰਦੀ ਸੀ ਇਹਨੂੰ ਜ਼ਿਆਦਾ ਪੈਸੇ ਦਿੱਤੇ ਆ ਪਰ ਨਹੀਂ ਮੁੱਲ ਪਾ ਗਿਆ ਇੱਕ ਹੋਰ ਗੱਲ ਕਰਨੀ ਪੈਣੀ ਕਨਰ ਮੈਕਡੇਵਿਡ ਦੀ ਇਤਿਹਾਸ ਦੀ ਗੱਲ ਹਾਂ ਥੋੜ੍ਹੀ ਜਿਹੀ ਲੰਬੀ ਚੌੜੀ ਗੱਲ ਹੋਣੀ ਪਰ ਇਹ ਹੈਗਾ ਸਭ ਤੋਂ ਵਧੀਆ ਖਿਲਾੜੀ ਦੁਨੀਆ 'ਚ ਜੇ ਆਪਾਂ ਇਤਿਹਾਸ 'ਚ ਦੇਖੀਏ ਪਿਛਲੇ 30 ਸਾਲਾਂ 'ਚ 30 ਸਾਲਾਂ ਬਾਅਦ ਕਿਸੇ ਖਿਲਾੜੀ ਨੇ 9 ਗੇਮਾਂ 'ਚ 20 ਪੁਆਇੰਟ ਕੀਤੇ ਆ ਮੌਰੀਓ ਲਮਿਊ ਨੇ 1992 'ਚ ਕੀਤੇ ਸੀਗੇ ਤੇ ਹੁਣ ਕਨਰ ਮੈਕਡੇਵਿਡ ਨੇ ਇੰਨੇ ਚਿਰ ਬਾਅਦ 5 ਗੇਮਾਂ ਦੀ ਇਹਦੀ ਗੋਲ ਸਟ੍ਰੀਕ ਵੀ ਚੱਲ ਰਹੀ ਆ ਐਸਾ ਠੀਕ ਇਹਨਾਂ ਨੇ 6 ਗੇਮਾਂ ਲਗਾਤਾਰ ਗੋਲ ਕੀਤੇ ਸੀ ਸੋ ਦੇਖੀਏ ਜੋ ਵੀ ਸਟ੍ਰੀਕ ਟੁੱਟਦੀ ਹੈਗੀ ਆ ਚਲੋ ਇਹ ਵਧੀਆ ਗੱਲ ਸੀ ਦੂਸਰੇ ਮੁਕਾਬਲੇ 'ਚ ਐਡਮਿੰਟਨ ਓਇਲਰਸ ਪੱਖੋਂ ਪਰ ਗੋਲ ਟੈਂਡਿੰਗ ਪੱਖੋਂ ਕੈਲਗਰੀ ਫਲੇਮਸ ਦਾ ਪੰਗਾ ਪੈ ਗਿਆ ਬਈ ਜੇਕਬ ਮਾਰਕਸਟ੍ਰਮ ਦੀ ਗੇਮ ਬੜੀ ਢਿੱਲੀ ਲੱਗਦੀ ਹੈ ਢਿੱਲਾ ਲੱਗਦਾ ਆ ਤੇ ਪਤਾ ਨਹੀਂ ਕੀ ਹੋ ਰਿਹਾ ਮਾਰਕਸਟ੍ਰਮ ਦੇ ਨਾਲ ਆਪਣੇ ਨੈੱਟ ਦੇ ਵਿੱਚ ਬੜਾ ਸ਼ਾਂਤ ਨਹੀਂ ਲੱਗਦਾ ਜਿਸ ਤਰ੍ਹਾਂ ਸੀਗਾ ਇਹ ਪਿਛਲੇ ਸੀਜ਼ਨ ਦੌਰਾਨ ਰਣਦੀਪ ਇੰਨਾ ਕਮਾਲ ਦਾ ਗੋਲ 'ਚ ਹੀ ਰਿਹਾ ਬਿਲਕੁਲ ਸ਼ਾਂਤ ਆਪਣੇ ਦਾਇਰੇ 'ਚ ਖੇਡਦਾ ਪਰ ਨਹੀਂ ਹੁਣ ਹਿਲਜੁਲ ਦੇਖੋ ਈਸਟ ਵੈਸਟ ਮੂਵਮੈਂਟ ਇਹਦੀ ਕਾਫੀ ਖਰਾਬ ਪੋਜੀਸ਼ਨ ਤੋਂ ਬਾਹਰ ਹੋ ਜਾਂਦਾ ਤੇ ਇਹਦੀ ਗਲਵ ਸਾਈਡ ਜਿੱਥੇ ਆ ਕਈ ਨਿਸ਼ਾਨੇ ਦੇ ਦਸਤਾਨੇ ਦੇ ਥੱਲੇ ਥੱਲੇ ਲੰਘ ਜਾਂਦੇ ਆ ਸੋ ਬੜਾ ਠੀਕ ਨਹੀਂ ਲੱਗਦਾ ਤੇ ਇਹ ਵੀ ਗੱਲ ਹੈਗੀ ਆ ਮਾਈਕ ਸਮਿਥ ਇੰਨਾ ਵਧੀਆ ਨਹੀਂ ਖੇਡ ਰਿਹਾ ਮੇਰੇ ਪੱਖੋਂ ਉਹਦੇ ਗਲਤੀਆਂ ਹੋ ਰਹੀਆਂ ਠੀਕ ਖੇਡਦਾ ਆ ਬੜਾ ਮਾੜਾ ਵੀ ਨਹੀਂ ਪਰ ਬੜਾ ਵਧੀਆ ਵੀ ਨਹੀਂ ਪਰ ਉਹ ਵੀ ਮੇਰਾ ਖਿਆਲ ਆ ਮਾਰਕਸਟ੍ਰਮ ਤੋਂ ਵਧੀਆ ਖੇਡ ਗਿਆ ਪਿਛਲੀ ਗੇਮ ਦੇ ਵਿੱਚ ਸੋ ਮਾਰਕਸਟ੍ਰਮ ਵਾਸਤੇ ਅਫਸੋਸ ਵਾਲੀ ਗੱਲ ਆ ਥੋੜ੍ਹਾ ਜਿਹਾ ਧਿਆਨ ਦੇਣਾ ਪੈਣਾ ਇਹਨੂੰ ਕਿਉਂਕਿ ਇਹ ਟੀਮ ਇੰਨੀ ਡਿਫੈਂਸ ਪੱਖੋਂ ਤਕੜੀ ਟੀਮ ਰਹੀ ਆ ਸੀਜ਼ਨ ਦੌਰਾਨ ਕਿ ਸ਼ਾਇਦ ਇਹਨੂੰ ਇੰਨਾ ਕੰਮ ਨਹੀਂ ਕਰਨਾ ਪਿਆ ਸਵਾਲ ਇਹ ਆ ਕਿ ਉਹ ਵੀ ਗੱਲ ਹੈਗੀ ਆ ਪਰ ਥਕਾਵਟ ਦੀ ਵੀ ਗੱਲ ਰੈਗੂਲਰ ਸੀਜ਼ਨ ਦੌਰਾਨ ਕਾਫੀ ਖੇਡਿਆ ਸੀ ਤਾਂ ਇਹ ਗੱਲ ਇਹ ਹੁੰਦੀ ਹੈ ਜਦੋਂ ਤੁਸੀਂ ਜ਼ਿਆਦਾ ਹੀ ਖੇਡਦੇ ਆ ਪਲੇਆਫ 'ਚ ਧੂੰਆਂ ਨਿਕਲ ਜਾਂਦਾ ਕਈ ਵਾਰੀ ਫ੍ਰੈਡੀ ਐਂਡਰਸਨ ਟੋਰਾਂਟੋ 'ਚ ਇਹ ਗੱਲ ਸੀ ਸਹੀ ਗੱਲ ਆ ਧੂੰਆਂ ਜ਼ਰੂਰ ਨਿਕਲ ਜਾਂਦਾ ਇਹਦੀ ਵੀ ਸ਼ਾਇਦ ਮੈਨੂੰ ਉਹੀ ਸ਼ੱਕ ਆ ਮੁੰਡੇ ਉਹੀ ਗੱਲ ਹੋਈ ਆ ਪਰ ਖਾਸ ਕਰਕੇ ਜੇ ਆਪਾਂ ਐਡਮਿੰਟਨ ਓਇਲਰਸ ਦੇ ਵਿਰੁੱਧ ਦੇਖੀਏ ਰੈਗੂਲਰ ਸੀਜ਼ਨ ਵਿੱਚ ਵੀ ਇਹ ਬੜਾ ਵਧੀਆ ਨਹੀਂ ਖੇਡਿਆ ਓਇਲਰਸ ਦੇ ਵਿਰੁੱਧ ਜਿਹਦੇ ਇਹਦੇ ਅੰਕੜੇ ਆ ਗੋਲਸ ਇਹ ਕਰਾਉਂਦਾ ਆਲਮੋਸਟ ਦੁੱਗਣੇ ਗੋਲਸ ਕਰਾਉਂਦਾ ਹੈਗਾ ਐਡਮਿੰਟਨ ਓਇਲਰਸ ਦੇ ਵਿਰੁੱਧ ਜੇ ਕੰਪੈਰੀਸਨ ਕਰੀਏ ਬਾਕੀ ਸਾਰੀਆਂ ਟੀਮਾਂ ਦੇ ਨਾਲ ਸੋ ਐਡਮਿੰਟਨ ਓਇਲਰਸ ਜ਼ਿਆਦਾ ਫੱਟੇ ਚੱਕਦੇ ਅਤੇ ਜ਼ਿਆਦਾ ਗੋਲ ਕਰਦੇ ਆ ਜੇਕਬ ਮਾਰਕਸਟ੍ਰਮ ਦੇ ਵਿਰੁੱਧ ਥਕਾਵਟ ਤੁਸੀਂ ਕਹਿ ਨਹੀਂ ਸਕਦੇ ਪੇ ਰੈਗੂਲਰ ਸੀਜ਼ਨ 'ਚ ਕਾਹਦੀ ਥਕਾਵਟ ਆ ਉਦੋਂ ਵੀ ਇਹਨੇ ਇੱਦਾਂ ਖੇਡਿਆ ਐਡਮਿੰਟਨ ਓਇਲਰਸ ਦੇ ਵਿਰੁੱਧ ਚਲੋ ਇਹ ਦੇਖਣੀ ਗੱਲ ਪੈਣੀ ਹੈ ਕਿ ਜੇ 4-4 ਪਾਵਰ ਪਲੇ 'ਤੇ ਮੌਕੇ ਦਿੱਤੇ ਐਡਮਿੰਟਨ ਉਹ ਗੋਲ ਕਰਦੇ ਆ ਸੋ ਇਹ ਡਿਸਿਪਲਿਨ ਦੀ ਜਿਹੜੀ ਗੱਲ ਆ ਉਹ ਕੈਲਗਰੀ ਨੂੰ ਸੁਧਾਰ ਲਿਆਉਣਾ ਪੈਣਾ ਚਲੋ ਵਿਨੇਪੈਗ ਵੀ ਉਹਨਾਂ ਬਾਰੇ ਵੀ ਗੱਲ ਕਰ ਲਈਏ ਪਲੇਆਫ 'ਚ ਤਾਂ ਹੈ ਨਹੀਂ ਆਪਾਂ ਸ਼ਾਇਦ
ਨਵਾਂ ਕੋਚ ਆ ਰਿਹਾ ਵਿਨੀਪੈਗ 'ਚ। ਹਾਂਜੀ, ਬੈਰੀ ਟ੍ਰੌਟਸ ਹੈਗਾ ਉਸ ਕੋਚ ਦਾ ਨਾਂ। ਜਦ ਦਾ ਇਹ ਨਿਊਯਾਰਕ ਆਈਲੈਂਡਰਸ ਤੋਂ ਕੱਢਿਆ ਗਿਆ, ਸਾਰਿਆਂ ਨੂੰ ਪਤਾ ਸੀ ਕਿ ਟੀਮਾਂ ਦੀ ਲਾਈਨ ਲੱਗ ਜਾਣੀ ਆ, ਅਤੇ ਉਹੀ ਗੱਲ ਹੋ ਰਹੀ ਆ। ਇਸ ਹਫ਼ਤੇ ਐਲੀਅਟ ਫ੍ਰੀਡਮੈਨ ਨੇ ਕਿਹਾ ਕਿ ਵਿਨੀਪੈਗ ਜੈਟਸ ਨੇ ਇੰਟਰਵਿਊ ਨੂੰ ਕੀਤਾ ਕਰਨਾ ਆ, ਅਤੇ ਸੈਂਸ ਵੀ ਬਣਦੀ ਉੱਥੇ। ਜੇ ਹਾਕੀ ਪੱਖੋਂ ਦੇਖੀਏ, ਵਿਨੀਪੈਗ ਜੈਟਸ ਦੀ ਡਿਫੈਂਸ ਬਹੁਤ ਮਾੜੀ ਆ, ਅਤੇ ਇਹ ਵਧੀਆ ਡਿਫੈਂਸਿਵ ਕੋਚਿੰਗ ਕਰਦਾ, ਅਤੇ ਵੱਡਾ ਐਗਜ਼ਾਮਪਲ ਇਹਦਾ ਹੈਗਾ ਨਿਊਯਾਰਕ ਆਈਲੈਂਡਰਸ। ਇਹਦੇ ਆਉਣ ਤੋਂ ਪਹਿਲਾਂ ਸਭ ਤੋਂ ਮਾੜੀ ਟੀਮ ਸੀ ਗੋਲਸ ਅਗੇਂਸਟ ਪੱਖੋਂ। ਜਦੋਂ ਇਹ ਆਇਆ, ਇਹਨਾਂ ਨੇ ਨਾਮ ਜੈਨਿੰਗਸ ਨਾਮ ਜਿੱਤਿਆ, ਸਭ ਤੋਂ ਵਧੀਆ ਘੱਟ ਸਭ ਤੋਂ ਗੋਲ ਇਹਨਾਂ ਨੇ ਆਪਣੇ ਸਿਰ 'ਤੇ ਕਰਾਏ। ਸੋ ਵਧੀਆ ਕੋਚ ਹੈਗਾ ਆ, ਅਤੇ ਹੈਗਾ ਵੀ ਮੈਨੀਟੋਬਾ ਦਾ। ਅਤੇ ਨਾਲ ਦੇ ਨਾਲ ਚੇਤਾ ਰੱਖੋ, ਆਫੈਂਸਿਵ ਪੱਖੋਂ ਵਾਸ਼ਿੰਗਟਨ 'ਚ ਜਦੋਂ ਇਹ ਸਟੈਨਲੀ ਕੱਪ ਜਿੱਤਿਆ ਸੀ, ਉੱਥੇ ਆਫੈਂਸਿਵ ਟੀਮ ਸੀ ਤਾਂ ਗੋਲ ਵੀ ਭਰ ਭਰ ਕੇ ਕਰਦੇ ਸੀ। ਸੋ ਇਕੱਲਾ ਡਿਫੈਂਸਿਵ ਕੋਚ ਨਹੀਂ ਹੈਗਾ, ਉਹ ਇਹ ਵਧੀਆ ਆਫੈਂਸਿਵ ਪੱਖੋਂ ਵੀ ਕਰ ਸਕਦਾ। ਚਲੋ, ਇਹ ਵੀ ਖਬਰ ਸੀ ਕਿ ਵੇਗਸ 'ਚ ਵੀ ਨਵਾਂ ਕੋਚ ਆਵੇਗਾ। ਰਿਪੋਰਟ ਨੂੰ ਫਾਇਲ ਕੀਤਾ ਗਿਆ, ਰਣਦੀਪ ਗਿਆ ਉਹ ਟੀਮ 'ਚੋਂ ਬਾਹਰ, ਅਤੇ $3.5 million ਉਹਦੀ ਤਨਖਾਹ ਹੈਗੀ ਆ। ਅਜੇ ਉਹ ਭਰੂਗੇ ਜ਼ਰੂਰ, ਪਰ ਕਾਫੀ ਇਹਦੀ ਹਿਲਜੁਲ ਹੋਈ ਟੀਮ ਦੇ ਵਿੱਚ, ਕਈ ਖਿਡਾਰੀਆਂ ਦਾ ਵੇਲੀ ਇਹਦੀ ਨਹੀਂ ਬਣੀ। ਪਲੇਅਆਫਸ 'ਚੋਂ ਬਾਹਰ ਫਿਰ ਰਹਿ ਗਏ, ਤਕੜੀ ਟੀਮ ਆ, ਅਤੇ ਫੈਸਲਾ ਲੈ ਲਿਆ ਫਾਇਰ ਕਰ ਦਿੱਤਾ। ਜਿਹੜੀ ਲੈਨਨ ਦੀ ਗੱਲਬਾਤ ਸੀਗੀ, ਮੈਨੂੰ ਲੱਗਦਾ ਉਹਦਾ ਵੀ ਅਸਰ ਪਿਆ ਹੋਊਗਾ। ਚਲੋ ਜੀ, ਇਹ ਤਾਜ਼ੀਆਂ ਖਬਰਾਂ NHL ਦੀ ਦੁਨੀਆ ਦੇ ਵਿੱਚ। ਤੀਜਾ ਪੀਰੀਅਡ ਲੈ ਕੇ ਆ ਰਹੇ ਹਾਂ ਬ੍ਰੇਕ ਤੋਂ ਬਾਅਦ।